ਇੱਕ ਪੈਟਰੋਲ ਪੰਪ ਦੇ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਤੇ ਲੁੱਟ ਦੀ ਨੀਅਤ ਦੇ ਨਾਲ ਇਹ ਗੋਲੀ ਚਲਾਈ ਗਈ ਹੈ। ਦਰਅਸਲ ਦੱਸਦੇ ਕਿ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਪਹਿਲਾਂ ਬਾਈਕ ਸਵਾਰਾਂ ਦੇ ਵੱਲੋਂ ਆਪਣੇ ਬਾਈਕ ਦੇ ਵਿੱਚ ਤੇਲ ਪਵਾਇਆ ਜਾਂਦਾ ਹੈ। ਹਾਲਾਂਕਿ ਤਿੰਨੋਂ ਬਦਮਾਸ਼ CCTV ਦੇ ਵਿੱਚ ਵੀ ਕੈਦ ਹੋਏ ਨੇ। ਪਹਿਲਾਂ ਤੇਲ ਪਾਉਂਦੇ ਨੇ ਤੇ ਫਿਰ ਉਸ ਤੇਲ ਦੇ ਪੈਸੇ ਜੋ ਨੇ ਪੰਪ ਦੇ ਕਰਿੰਦੇ ਨੂੰ ਦਿੰਦੇ ਨੇ, ਪਰ ਇੰਨੇ ਦੇ ਵਿੱਚ ਜਦੋਂ ਪੰਪ ਦਾ ਕਰਿੰਦਾ ਉਹਨਾਂ ਨੂੰ ਪੈਸੇ ਵਾਪਸ ਕਰਨ ਲੱਗਦਾ ਹੈ, ਬਕਾਇਆ ਮੋੜਨ ਲੱਗਦਾ ਹੈ, ਤਾਂ ਇੰਨੇ ਦੇ ਵਿੱਚ ਜੋ ਬਾਈਕ ਦੇ ਉੱਪਰ ਬੈਠਾ ਵਿਚਕਾਰ ਸ਼ਖਸ ਹੁੰਦਾ ਹੈ ਉਸਦੇ ਵੱਲੋਂ ਪਿਸਤੌਲ ਕੱਢ ਲਈ ਜਾਂਦੀ ਹੈ ਅਤੇ ਹਵਾ ਦੇ ਵਿੱਚ ਇੱਕ ਫਾਇਰ ਕਰ ਦਿੱਤਾ ਜਾਂਦਾ ਹੈ। ਪਰ ਇੰਨੇ ਦੇ ਵਿੱਚ ਜੋ ਤੀਸਰਾ ਸ਼ਖਸ ਹੁੰਦਾ ਹੈ ਜੋ ਜ਼ਮੀਨ 'ਤੇ ਖੜਾ ਹੁੰਦਾ ਬਾਈਕ ਸਵਾਰ, ਉਸਦੇ ਵੱਲੋਂ ਤੁਰੰਤ ਕਰਿੰਦੇ ਦੇ ਹੱਥੋਂ ਸਾਰੇ ਨੋਟ ਖੋਹ ਲਏ ਜਾਂਦੇ ਨੇ ਅਤੇ ਬਾਈਕ ਦੇ ਉੱਤੇ ਬੈਠ ਕੇ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਇਹ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੈਟਰੋਲ ਪੰਪ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਹਵਾਈ ਫਾਇਰ ਕੀਤਾ ਗਿਆ ਅਤੇ ਪਿਸਤੌਲ ਦੀ ਨੋਕ ਦੇ ਉੱਤੇ ਪੰਪ ਦੇ ਕਰਿੰਦੇ ਨੂੰ ਲੁੱਟਿਆ ਗਿਆ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਪੰਪ ਦਾ ਕਰਿੰਦਾ ਆਉਂਦਾ ਅਤੇ ਉਹਨਾਂ ਦੇ ਬਾਈਕ ਵਿੱਚ ਤੇਲ ਪਾਉਂਦਾ ਅਤੇ ਇੱਕ ਸ਼ਖਸ ਬਾਈਕ ਤੋਂ ਉੱਤਰ ਕੇ ਬਿਲਕੁਲ ਉਸ ਕਰਿੰਦੇ ਦੇ ਨਾਲ ਖੜਾ ਹੁੰਦਾ। ਤੇਲ ਪਾਉਣ ਤੋਂ ਬਾਅਦ ਉਸਨੂੰ ਪੈਸੇ ਦਿੱਤੇ ਜਾਂਦੇ ਨੇ, ਪਰ ਜਿਵੇਂ ਹੀ ਉਹ ਪੈਸੇ ਆਪਣੀ ਜੇਬ ਦੇ ਵਿੱਚ ਨੋਟਾਂ ਦੇ ਵਿੱਚ ਲਾ ਕੇ ਰੱਖਣ ਲੱਗਦਾ, ਬਕਾਇਆ ਮੋੜਨ ਲੱਗਦਾ ਕਿਹਾ ਜਾ ਰਿਹਾ, ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਵਿਚਕਾਰ ਸ਼ਖਸ ਬੈਠਾ ਹੁੰਦਾ ਬਾਈਕ ਦੇ ਕਾਲੇ ਰੰਗ ਦੀ ਟੀ-ਸ਼ਰਟ ਉਸਦੇ ਪਾਈ ਹੋਈ ਆ, ਉਸਦੇ ਵੱਲੋਂ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ ਜਾਂਦਾ। ਤਾਂ ਇਸ ਤੋਂ ਬਾਅਦ ਜੋ ਨਾਲ ਖੜਾ ਸ਼ਖਸ ਹੁੰਦਾ ਉਸਦੇ ਵੱਲੋਂ ਸਾਰੇ ਹੀ ਨੋਟਾਂ ਦੀ ਥੱਬੀ ਉਸਦੇ ਕੋਲੋਂ ਖੋਹ ਲਈ ਜਾਂਦੀ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਪੈਟਰੋਲ ਪੰਪ ਦੇ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਤੇ ਲੁੱਟ ਦੀ ਨੀਅਤ ਦੇ ਨਾਲ ਇਹ ਗੋਲੀ ਚਲਾਈ ਗਈ ਹੈ। ਦਰਅਸਲ ਦੱਸਦੇ ਕਿ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਪਹਿਲਾਂ ਬਾਈਕ ਸਵਾਰਾਂ ਦੇ ਵੱਲੋਂ ਆਪਣੇ ਬਾਈਕ ਦੇ ਵਿੱਚ ਤੇਲ ਪਵਾਇਆ ਜਾਂਦਾ ਹੈ। ਹਾਲਾਂਕਿ ਤਿੰਨੋਂ ਬਦਮਾਸ਼ CCTV ਦੇ ਵਿੱਚ ਵੀ ਕੈਦ ਹੋਏ ਨੇ। ਪਹਿਲਾਂ ਤੇਲ ਪਾਉਂਦੇ ਨੇ ਤੇ ਫਿਰ ਉਸ ਤੇਲ ਦੇ ਪੈਸੇ ਜੋ ਨੇ ਪੰਪ ਦੇ ਕਰਿੰਦੇ ਨੂੰ ਦਿੰਦੇ ਨੇ, ਪਰ ਇੰਨੇ ਦੇ ਵਿੱਚ ਜਦੋਂ ਪੰਪ ਦਾ ਕਰਿੰਦਾ ਉਹਨਾਂ ਨੂੰ ਪੈਸੇ ਵਾਪਸ ਕਰਨ ਲੱਗਦਾ, ਬਕਾਇਆ ਮੋੜਨ ਲੱਗਦਾ, ਤਾਂ ਇੰਨੇ ਦੇ ਵਿੱਚ ਜੋ ਬਾਈਕ ਦੇ ਉੱਪਰ ਬੈਠਾ ਵਿਚਕਾਰ ਸ਼ਖਸ ਹੁੰਦਾ ਹੈ ਉਸਦੇ ਵੱਲੋਂ ਪਿਸਤੌਲ ਕੱਢ ਲਈ ਜਾਂਦੀ ਹੈ ਅਤੇ ਹਵਾ ਦੇ ਵਿੱਚ ਇੱਕ ਫਾਇਰ ਕਰ ਦਿੱਤਾ ਜਾਂਦਾ ਹੈ। ਪਰ ਇੰਨੇ ਦੇ ਵਿੱਚ ਜੋ ਤੀਸਰਾ ਸ਼ਖਸ ਹੁੰਦਾ ਹੈ ਜੋ ਜ਼ਮੀਨ 'ਤੇ ਖੜਾ ਹੁੰਦਾ ਬਾਈਕ ਸਵਾਰ, ਉਸਦੇ ਵੱਲੋਂ ਤੁਰੰਤ ਕਰਿੰਦੇ ਦੇ ਹੱਥੋਂ ਸਾਰੇ ਨੋਟ ਖੋਹ ਲਏ ਜਾਂਦੇ ਨੇ ਅਤੇ ਬਾਈਕ ਦੇ ਉੱਤੇ ਬੈਠ ਕੇ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਇਹ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੈਟਰੋਲ ਪੰਪ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਹਵਾਈ ਫਾਇਰ ਕੀਤਾ ਗਿਆ ਅਤੇ ਪਿਸਤੌਲ ਦੀ ਨੋਕ ਦੇ ਉੱਤੇ ਪੰਪ ਦੇ ਕਰਿੰਦੇ ਨੂੰ ਲੁੱਟਿਆ ਗਿਆ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਪੰਪ ਦਾ ਕਰਿੰਦਾ ਆਉਂਦਾ ਅਤੇ ਉਹਨਾਂ ਦੇ ਬਾਈਕ ਵਿੱਚ ਤੇਲ ਪਾਉਂਦਾ ਅਤੇ ਇੱਕ ਸ਼ਖਸ ਬਾਈਕ ਤੋਂ ਉੱਤਰ ਕੇ ਬਿਲਕੁਲ ਉਸ ਕਰਿੰਦੇ ਦੇ ਨਾਲ ਖੜਾ ਹੁੰਦਾ। ਤੇਲ ਪਾਉਣ ਤੋਂ ਬਾਅਦ ਉਸਨੂੰ ਪੈਸੇ ਦਿੱਤੇ ਜਾਂਦੇ ਨੇ, ਪਰ ਜਿਵੇਂ ਹੀ ਉਹ ਪੈਸੇ ਆਪਣੀ ਜੇਬ ਦੇ ਵਿੱਚ ਨੋਟਾਂ ਦੇ ਵਿੱਚ ਲਾ ਕੇ ਰੱਖਣ ਲੱਗਦਾ, ਬਕਾਇਆ ਮੋੜਨ ਲੱਗਦਾ ਕਿਹਾ ਜਾ ਰਿਹਾ, ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਵਿਚਕਾਰ ਸ਼ਖਸ ਬੈਠਾ ਹੁੰਦਾ ਬਾਈਕ ਦੇ ਕਾਲੇ ਰੰਗ ਦੀ ਟੀ-ਸ਼ਰਟ ਉਸਦੇ ਪਾਈ ਹੋਈ ਆ, ਉਸਦੇ ਵੱਲੋਂ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ ਜਾਂਦਾ। ਤਾਂ ਇਸ ਤੋਂ ਬਾਅਦ ਜੋ ਨਾਲ ਖੜਾ ਸ਼ਖਸ ਹੁੰਦਾ ਉਸਦੇ ਵੱਲੋਂ ਸਾਰੇ ਹੀ ਨੋਟਾਂ ਦੀ ਥੱਬੀ ਉਸਦੇ ਕੋਲੋਂ ਖੋਹ ਲਈ ਜਾਂਦੀ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।